ਸਤਿ ਸ਼੍ਰੀ ਅਕਾਲ ਜੀ, ਦੇਸੀ ਚੈਨਲ 'ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅਤੇ ਲਵ ਸੋਨ ਧੋਖਾ ਦੇ ਪਾਰਟੀਸਪੈਂਟ ਹੈਗੇ ਨੇ ਸਾਡੇ ਨਾਲ ਆਦਿੱਤਿਆ ਅਤੇ ਉਹਨਾਂ ਦੀਆਂ ਹੈਗੀਆਂ ਨੇ ਨੀਲੀਆਂ ਅੱਖਾਂ ਅਤੇ ਨੀਲੀਆਂ ਅੱਖਾਂ ਨਾਲ ਆਦਿੱਤਿਆ ਨੇ ਕਿੰਨੀਆਂ ਨੂੰ ਹਿਪਨੋਟਾਈਜ਼ ਕਰਨਾ ਹੈ ਫਿਰ? ਮੈਮ ਪਹਿਲੇ ਤਾਂ ਆਪਕੋ ਹੀ ਕਰਨਾ ਹੈ, ਉਸਕੇ ਇਲਾਵਾ ਦੇਖਦੇ ਹਾਂ ਸ਼ੋਅ ਮੇਂ ਜਾ ਕੇ ਕਿਤਨਾ ਉਹ ਕਰਤੇ ਹੈ। ਕੋਸ਼ਿਸ਼ ਤਾਂ ਹੀ ਰਹੇਗੀ ਕਿ ਸਾਰਿਆਂ ਨੂੰ ਕਰੇ, ਬਟ ਫਿਰ ਵੀ ਦੇਖਦੇ ਹਾਂ। ਸਾਰਿਆਂ ਨੂੰ ਕਰ ਲਿਆ ਤਾਂ ਫਿਰ ਜਿਤਨਾ ਨਹੀਂ ਹਿਪਨੋਟਾਈਜ਼ ਕਰੀ ਜਾਣੀ ਹੈ? ਮੈਮ ਕਰ ਲੇਂਗੇ ਤਾਂ ਜਿੱਤਣੇ ਕੇ ਚਾਂਸਿਸ ਉਤਨੇ ਬੜੇਗੇ ਨਾ। ਜਿੱਤਣ ਦੀ ਕੀ ਸਟ੍ਰੈਟਜੀ ਹੈ ਕੁੜੀ ਹਿਪਨੋਟਾਈਜ਼ ਕਰਕੇ ਅਤੇ ਉਹਦੇ ਮੋਢੇ 'ਤੇ ਬੰਦੂਕ ਰੱਖ ਕੇ ਆਪਾਂ ਜਿੱਤਣਾ? ਨਹੀਂ ਨਹੀਂ ਨਹੀਂ, ਅਸੀਂ ਕੋਈ ਨਹੀਂ ਹੈ। ਮੈਨੇ ਐਕਚੁਅਲੀ ਜੋ ਲੜਕੀ ਲੋਇਲ ਰਹੇਗੀ ਮੈਨੂੰ ਉਸਕੇ ਸਾਥ ਰਹਿਣਾ। ਦੂਸਰੀ ਬਾਤ ਇਹ ਹੈ ਕਿ ਮੈਂ ਅਗਰ ਜੋ ਮੇਰੀ ਪ੍ਰੋਪਰ ਸਟ੍ਰੈਟਜੀ ਹੈ ਉਹ ਇਹ ਹੈ, ਮੈਂ ਆਪਣੀ ਚੀਜ਼ ਪ੍ਰੋਪਰ ਕਰਤਾ ਹੂੰ। ਅਗਰ ਮੈਨੇ ਦੋਸਤੀ ਕਰਨੀ ਹੈ ਤਾਂ ਅੱਛੇ ਸੇ ਕਰਤਾ ਹੂੰ, ਦੁਸ਼ਮਣੀ ਕਰਨੀ ਹੈ ਤਾਂ ਅੱਛੇ ਸੇ ਕਰਤਾ ਹੂੰ, ਔਰ ਐਂਡ ਤੱਕ ਨਿਭਾਊਂਗਾ। ਜੇ ਇੱਥੇ ਟਰੂ ਲਵ ਹੋ ਗਿਆ ਤਾਂ ਐਂਡ ਤੱਕ ਨਿਭਾਓਗੇ? ਐਂਡ ਤੱਕ। ਘਰਦਿਆਂ ਨੂੰ ਦੱਸ ਦੋਗੇ ਫਿਰ ਹਾਂ ਇਹੀ ਹੈ ਜਿਹੜੀ ਸ਼ੋਅ ਤੇ ਮਿਲੀ ਹੈ? ਘਰ ਵਾਲੇ ਤਾਂ ਸ਼ੋਅ ਵੀ ਦੇਖ ਲੈਣਗੇ ਤੇ ਜੇ ਉਹ ਜੇ ਬਾਅਦ 'ਚ ਉਹਨਾਂ ਨੇ ਚਿੱਤਰ ਮਾਰੇ ਫਿਰ? ਨਹੀਂ ਨਹੀਂ, ਮੇਰੇ ਘਰ ਵਾਲੇ ਐਸੇ ਨਹੀਂ ਕਰੇਂਗੇ, ਕੁਛ ਮੇਰੇ ਕੋ ਪਤਾ ਉਨਕਾ। ਸ਼ੋਅ 'ਚ ਆਦਿੱਤਿਆ ਜਿੱਦਾਂ ਦੀ ਪਰਸਨੈਲਿਟੀ ਹੈਗੀ ਹੈ ਉੱਦਾਂ ਹੀ ਰਹੂਗੀ ਕਿ ਸ਼ੋਅ ਦੇ ਅਕੋਰਡਿੰਗਲੀ ਟਲ ਜਾਊਗੀ ਕਿ ਫੇਕਨੈਸ ਵੀ ਆਊਗੀ? ਅਗਰ ਸ਼ੋਅ ਮੇਂ ਜ਼ਰੂਰਤ ਪੜੀ ਤਾਂ ਜ਼ਰੂਰ ਆਏਗੀ ਫੇਕਨੈਸ, ਅਗਰ ਟਲ ਸਕਦੇ ਹੋ 90% ਹੈ ਕਿ ਨਹੀਂ ਟਲੂੰਗਾ, ਕਿਉਂਕਿ ਮੈਂ ਆਪਣੇ ਹਿਸਾਬ 'ਚ ਚੱਲਤਾ ਹੂੰ, ਜੈਸੇ ਹੂੰ ਵੈਸੇ ਰਹੂੰਗਾ। ਬਟ ਫਿਰ ਵੀ ਅਗਰ ਇਹ ਹੋਇਆ ਕਿ ਹਾਂ ਜ਼ਰੂਰਤ ਪੜ ਰਹੀ ਹੈ ਕਿ ਕੋਈ ਮੇਰੇ ਸਾਥ ਡਬਲ ਗੇਮ ਖੇਲ ਰਿਹਾ ਤਾਂ ਫੇਕਨੈਸ ਕੀ ਜ਼ਰੂਰਤ ਹੈ, ਜ਼ਰੂਰ। ਠੀਕ ਹੈ ਜੀ, ਅਤੇ ਇਹ ਸੀਗੀ ਸਾਡੇ ਨਾਲ ਆਦਿੱਤਿਆ ਲਵ ਸੋਨ ਧੋਖਾ ਵੈਬ ਸੀਰੀਜ਼ ਤੋਂ, ਅਤੇ ਇਹਦੀ ਅਪਡੇਟਸ ਤੁਸੀਂ ਦੇਖੋਗੇ ਐਕਸਕਲੂਸਿਵਲੀ ਔਨ ਦੇਸੀ ਚੈਨਲ।